ਕਿਵੇਂ ਹੋ ਬਾਈ ਸਾਰੇ, ਕਿਆ ਹਾਲ ਚਾਲ ਹੈ ਸਾਰਿਆਂ ਦੇ? ਟਾਈਮ ਮੇਰੇ ਕੋਲ 7 ਮਿੰਟ ਹੀ ਹੈ, ਮੈਂ 7 ਮਿੰਟ ਤੁਹਾਨੂੰ ਇੱਕੋ ਇੱਕ ਕੰਮ ਦੀ ਗੱਲ ਦੱਸ ਕੇ ਜਾਣਾ। ਜਿਹੜੇ ਜਿਹੜੇ ਮੇਰੇ ਭਰਾ ਲਾਈਵ ਆ ਜਾਓ ਯਾਰ ਸਾਰੇ ਜਣੇ, ਫਿਰ ਤੁਸੀਂ ਮੈਨੂੰ ਕਹੋਗੇ ਵੀ ਗੱਲ ਬਾਈ ਐਂ ਦੱਸ ਕੇ ਮਿੰਟੋ ਮਿੰਟ ਲਾਈਵ ਲੈ ਕੇ ਉੱਡ ਗਿਆ, ਕਿਉਂਕਿ ਸੇਮ ਮੈਂ ਕਰਦਾ ਨਹੀਂ ਹੈ ਲਾਈਵ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। 19,000 ਆ ਜਾਓ ਬਾਈ, ਆ ਜਾਓ ਯਾਰ। ਚੱਲਦਾ ਨੀ ਮਾੜਾ, ਓਕੇ ਬਾਈ। ਦਸ ਨੰਬਰ ਚਾਬੀ ਲੱਗੂ ਇਹਨੂੰ, ਆਹ ਕਿੰਨਾ ਨੰਬਰ ਹੈ? ਕੀ ਵੀ ਨੀ ਪੜ੍ਹਦੀ ਹੋਈ ਤੈਨੂੰ, ਮਿੰਟ ਹੋ ਗਏ ਵੀਰੇ, ਸਹੀ 6 ਵਜੇ ਮੇਰੇ ਇੰਸਟਾਗ੍ਰਾਮ ਤੇ ਮੈਂ ਤੁਹਾਨੂੰ ਹੁਣ ਪਹਿਲੀ ਇਨਫੋਰਮੇਸ਼ਨ ਲੀਕ ਕਰਨ ਲੱਗਿਆ। ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਬਾਈ ਖੁਸ਼ਖਬਰੀ ਤੁਹਾਨੂੰ ਦੱਸੀ ਸੀਗੀ ਇੱਕ, ਵੀ ਆਪਾਂ ਲੇਬਲ ਲਾਂਚ ਕਰਨ ਲੱਗੇ ਹਾਂ ਅਤੇ ਲੇਬਲ ਲਾਂਚ ਹੋਣ ਲੱਗਿਆ ਬਾਈ। ਮੈਂ ਯੂਟਿਊਬ 'ਤੇ ਲਿੰਕ ਵੀ ਪਾਉਣ ਲੱਗਿਆ ਅਤੇ ਮੈਂ ਹੁਣੇ ਆਪਣੀ ਇੰਸਟਾਗ੍ਰਾਮ ਆਈ ਡੀ 'ਤੇ ਇੱਕ ਛੋਟਾ ਜਿਹਾ ਟ੍ਰੇਲਰ ਪਾਉਣ ਲੱਗਿਆ ਆਪਣੀ ਨਵੀਂ ਕੰਪਨੀ ਦਾ, ਆਪਣੇ ਨਵੇਂ ਲੇਬਲ ਦਾ। ਉਮੀਦ ਆ ਤੁਸੀਂ ਸਾਰੇ ਜਣੇ ਪਸੰਦ ਕਰੋਗੇ, ਠੀਕ ਹੈ? ਸਾਰੇ ਜਣੇ ਜਿੰਨੇ ਮੈਨੂੰ ਚਾਹੁਣ ਵਾਲੇ ਨੇ ਮੇਰਾ ਭਰਾ, ਜਿੰਨੇ ਵੀ ਪਸੰਦ ਕਰਦੇ ਨੇ, ਉਹ ਜਿਹੜਾ ਹੈਗਾ ਕੀ ਕਹਿੰਦਾ ਹੁੰਦਾ ਕਿ ਟ੍ਰੇਲਰ ਮੈਂ ਲਾਂਚ ਕਰੂੰਗਾ ਨਾ ਬਾਈ ਹੁਣੀ, ਉਹਨੂੰ ਸਾਰੇ ਜਣੇ ਜਣ ਸ਼ੇਅਰ ਕਰਿਓ। ਮੈਂ ਇਨਸਾਈਟਸ ਦੇ ਵਿੱਚ ਦੇਖੂੰਗਾ ਵੀ ਕਿੰਨੇ ਕੁ ਜਣੇ ਸ਼ੇਅਰ ਕਰਦੇ ਆ, ਠੀਕ ਹੈ ਨਾ? ਕਿਉਂਕਿ ਇੱਕ ਸਬਸਕ੍ਰਾਈਬਰ ਵੀ ਨਹੀਂ ਹੈਗਾ ਹਜੇ ਚੈਨਲ ਦਾ, ਠੀਕ ਹੈ? ਅਤੇ ਗਾਣਾ ਉਹਦੇ 3 ਤਰੀਕ ਨੂੰ ਬਹੁਤ ਵੱਡਾ ਛੱਡਣ ਲੱਗਿਆ ਮੈਂ, ਅਤੇ ਪਰ ਸਾਰੇ ਜਣੇ ਮੇਰਾ ਭਰਾ ਬੂ ਭਰਾ ਦਿਓ, ਸ਼ੇਅਰ ਕਰ ਦਿਓ, ਠੀਕ ਹੈ ਨਾ? ਮੈਂ ਤੁਹਾਨੂੰ ਕਹਿਣਾ ਨਹੀਂ ਹੁੰਦਾ ਕਦੇ, ਕਿਉਂਕਿ ਨਵਾਂ ਚੈਨਲ ਆ, ਤੁਹਾਡੇ ਸਾਰਿਆਂ ਦੇ ਪਿਆਰ ਦੀ ਲੋੜ ਹੈ। ਅਤੇ ਉਹਦੇ 'ਤੇ ਗਾਣੇ ਬਹੁਤ ਬੰਬ ਬੰਬ ਨੇ, 12 ਗਾਣੇ ਤਿਆਰ ਹੋਏ ਪਏ ਨੇ ਵੀਰੇ, ਬੈਕ ਟੂ ਬੈਕ ਸਿੱਟੀ ਜਾਣੇ ਆ, ਹੈ ਨਾ? ਠੀਕ ਹੈ, ਸਾਰੇ ਮੇਰੇ ਭਰਾ ਜਿੰਨੇ ਮੈਨੂੰ ਪਿਆਰ ਕਰਦੇ ਨੇ, ਠੀਕ ਹੈ, ਵਜ੍ਹਾ ਕਰਾ ਦਿਉ, ਸਾਰਾ ਕੁਛ ਸ਼ੇਅਰ ਕਰ ਦਿਓ। ਅਤੇ ਮੈਂ ਵੀਡੀਓ ਹੁਣੀ ਟ੍ਰੇਲਰ ਪਾਉਣ ਲੱਗਿਆ, ਟ੍ਰੇਲਰ ਵੀ ਤੁਹਾਨੂੰ ਪਸੰਦ ਆਊਗਾ ਚੈਨਲ ਦਾ, ਠੀਕ ਹੈ ਨਾ? ਅਤੇ 5:55 ਹੋ ਗਏ, 5:00 ਯਾਨੀ ਕਿ 6 ਵਜੇ ਸਹੀ ਟ੍ਰੇਲਰ ਲਾਂਚ ਕਰ ਦੂੰਗਾ ਮੈਂ। ਸਾਰੇ ਜਣੇ ਬਾਈ ਮੇਰੇ ਪ੍ਰੋਫਾਈਲ ਤੁਸੀਂ ਸ਼ੇਅਰ ਕਰ ਦਿਓ, ਅਤੇ ਮੇਕਸ਼ੋਰ ਕਰਿਓ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਆਪਣੇ ਵਾਲੇ ਚੈਨਲ ਨੂੰ, ਠੀਕ ਹੈ? 911 ਰੈਕਰਡਸ, ਠੀਕ ਹੈ? ਹੁਣੀ ਮੈਂ ਤੁਹਾਨੂੰ ਦੱਸਤਾ ਵੀ ਕੀ ਨਾਮ ਆ, ਠੀਕ ਹੈ? ਤੈਨੂੰ ਕੋਈ ਪਿਆਰ ਨਹੀਂ ਕਰਦਾ, ਕੋਈ ਨਹੀਂ ਉਸਤਾਦ, ਮੈਨੂੰ ਪਿਆਰ ਕਰਨ ਵਾਲੇ ਬਹੁਤ ਆ, ਠੀਕ ਹੈ? ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਹੈ, ਮੇਰਾ ਪਿਓ ਬਹੁਤ ਕਰਦਾ, ਅਤੇ ਮੇਰੇ ਭਰਾ, ਮੇਰੀਆਂ ਭੈਣਾਂ, ਪਤਾ ਹੀ ਨਹੀਂ ਕਿੰਨੇ ਕੁ ਜਾਣੇ ਨੇ, ਠੀਕ ਹੈ ਨਾ? ਫੇਕ ਆਈਡੀਆਂ ਹੀ ਦੱਸਦੀਆਂ ਹੁੰਦੀਆਂ ਵੀ ਪਿਆਰ ਕਿਹਨੂੰ ਕੌਣ ਕੀ ਕਰਦਾ ਹੁੰਦਾ, ਫੇਕ ਆਈਡੀਆਂ 'ਚੋਂ ਪਿਆਰ ਨਿਕਲਦੇ ਨਹੀਂ, ਕਾਗਜ਼ੀ ਫੁੱਲ ਨਾਲ ਦੇ ਤੁਸੀਂ, ਠੀਕ ਹੈ? ਅਤੇ ਸਾਰੇ ਜਣੇ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਸਾਰਿਆਂ ਦਾ, ਵਾਹਿਗੁਰੂ ਦਾ, ਦਾਤੇ ਦਾ, ਸੱਚੇ ਪਾਤਸ਼ਾਹ ਦਾ, ਠੀਕ ਹੈ ਨਾ? ਬਹੁਤ ਯਾਨੀ ਕਿ ਜਿੰਨਾ ਵੀ ਕਹਿਣਾ ਵੀ ਕਿਸਮਤ, ਮੈਂ ਕਿਸਮਤ ਵਾਲਾ ਵੀਰੇ ਜਿਹਨੂੰ ਇੰਨਾ ਪਿਆਰ ਮਿਲਿਆ, ਕਿੰਨੀਆਂ ਹੀ ਮਾਵਾਂ ਮੈਨੂੰ ਰੋਜ਼ ਦੁਆਵਾਂ ਦੇ ਕੇ ਜਾਂਦੀਆਂ ਨੇ ਅਤੇ ਕਿੰਨੇ ਭੈਣ ਭਾਈ ਮੈਨੂੰ ਰੋਜ਼ ਮਿਲ ਕੇ ਜਾਂਦੇ ਨੇ, ਠੀਕ ਹੈ? ਬਹੁਤ ਇੰਨਾ ਕੁ ਪਿਆਰ ਕਿ ਤੁਹਾਨੂੰ ਇਹ ਵੀ ਤੁਹਾਨੂੰ ਨਹੀਂ ਲੱਗਦਾ ਵੀ ਨਹੀਂ ਕਰਦਾ, ਠੀਕ ਹੈ? ਵੈਸੇ ਜੇ ਨਹੀਂ ਹੈਗਾ ਪਿਆਰ ਤਾਂ ਠੀਕ ਹੈ ਭਰਾ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ? ਬਾਕੀ ਸਾਰਿਆਂ ਨੂੰ ਮੇਰੇ ਬਣੀ ਹੁੰਦਾ ਵਾ, ਲਵ ਯੂ ਆ, ਠੀਕ ਹੈ? ਖਿਆਲ ਰੱਖਿਓ, 4 ਮਿੰਟ ਰਹਿ ਗਏ, ਮੇਰੀ ਪ੍ਰੋਫਾਈਲ ਦੇਖੀ ਜਾਇਓ, ਠੀਕ ਹੈ? ਜੇ 40,000 ਬੰਦੇ ਨੇ ਵੀ ਸ਼ੇਅਰ ਕਰਤਾ, ਵੈਸੇ ਗੇਮ ਹੋ ਗਈ, ਠੀਕ ਹੈ ਨਾ? ਮੈਂ ਸਬਸਕ੍ਰਿਪਸ਼ਨ ਲਿੰਕ ਵੀ ਨਾਲ ਨਾਲ ਸ਼ੇਅਰ ਕਰੂੰਗਾ, ਠੀਕ ਹੈ ਨਾ? ਅਤੇ ਸਾਰੇ ਜਣੇ ਜਾਣ ਉੱਥੋਂ ਜਾ ਕੇ ਸਬਸਕ੍ਰਾਈਬ ਬਟਨ ਟੋਕ ਟੋਕ ਕਰੀ ਚੱਲਿਓ, ਠੀਕ ਹੈ ਨਾ? ਸਾਰੇ ਜਣੇ ਸਬਸਕ੍ਰਾਈਬ ਕਰ ਲਿਓ, ਕਿਉਂਕਿ 3 ਤਰੀਕ ਨੂੰ ਗਾਣਾ ਪਾਉਣ ਲੱਗੇ ਉਹਦੇ 'ਤੇ।